ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਬੋਲੀਵੁੱਡ ਤੜਕਾ ਵਿੱਚ ਅਤੇ ਹਾਜ਼ਰ ਹੋਏ ਹਾਂ ਨਵੀਂ ਅਪਡੇਟ ਦੇ ਨਾਲ। ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੋਣਾ, ਅੱਜ ਸਵੇਰ ਦੀ ਇੱਕ ਨਿਊਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਸਭ ਤੋਂ ਜ਼ਿਆਦਾ ਟੀਵੀ ਚੈਨਲਾਂ ਅਤੇ ਯੂਟਿਊਬ ਚੈਨਲਾਂ 'ਤੇ ਹੀ ਨਿਊਜ਼ ਆ ਰਹੀ ਹੈ ਕਿ ਸ਼ਾਰਪੀ ਢਿੱਲੋਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਬਾਕੀ ਇਸ ਕਰਕੇ ਸਾਰੇ ਚੈਨਲ ਇਹੀ ਪਾ ਰਹੇ ਨੇ ਕਿ ਕਰਨ ਔਜਲੇ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਗੱਲ ਨੂੰ ਕਰਨ ਔਜਲਾ ਨਾਲ ਤਾਂ ਜੋੜਿਆ ਜਾ ਰਿਹਾ ਹੈ ਕਿਉਂਕਿ ਸ਼ਾਰਪੀ ਘੁੰਮਣ ਦੀਆਂ ਬਹੁਤ ਹੀ ਜ਼ਿਆਦਾ ਫੋਟੋਆਂ ਨੇ ਕਰਨ ਔਜਲਾ ਦੇ ਨਾਲ। ਗੱਲ ਪਰ ਇੱਥੇ ਨਹੀਂ ਮੁੱਕਦੀ ਕਿ ਉਹ ਕਰਨ ਔਜਲਾ ਦਾ ਸਾਥੀ ਸੀ। ਤੁਹਾਨੂੰ ਦੱਸ ਦਈਏ, ਸ਼ਾਰਪੀ ਘੁੰਮਣ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਟੂਰਨਾਮੈਂਟ ਅਤੇ ਸਿੰਗਰਾਂ ਦੇ ਲਾਈਵ ਸ਼ੋਅ ਕਰਵਾਉਂਦਾ ਸੀ, ਚਾਹੇ ਉਹ ਐਮੀ ਵਿਰਕ ਹੋਵੇ ਚਾਹੇ ਹੋਰ ਵੀ ਇੱਕ ਵੱਡੇ ਵੱਡੇ ਪੰਜਾਬ ਦੇ ਸਿੰਗਰ। ਪਰ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਬਾਰੇ ਪੂਰੀ ਜਾਣਕਾਰੀ ਨਹੀਂ ਸੀ, ਤਾਂ ਕਰਕੇ ਉਹਨਾਂ ਨੇ ਇਹ ਖਬਰ ਕਰਨ ਔਜਲਾ ਨਾਲ ਹੀ ਜੋੜ ਦਿੱਤੀ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਸਾਰੇ ਸਿੰਗਰਾਂ ਨਾਲ ਉਸ ਦੀ ਗੱਲਬਾਤ ਹੈ ਅਤੇ ਇਸ ਕਰਕੇ ਕਰਨ ਔਜਲਾ ਨੂੰ ਬਿਲਾਂ ਗੱਲੋਂ ਬਦਨਾਮ ਕੀਤਾ ਜਾ ਰਿਹਾ ਹੈ। ਬਾਕੀ ਫੋਟੋ ਦੀ ਗੱਲ ਜਿੱਥੇ ਆਉਂਦੀ ਹੈ, ਤਾਂ ਸਾਰੇ ਸਿੰਗਰਾਂ ਨੂੰ ਫੋਟੋਆਂ ਵੀ ਹਰ ਕਿਸੇ ਬੰਦੇ ਨਾਲ ਖਿਚਵਾਉਣੀਆਂ ਪੈਂਦੀਆਂ ਨੇ, ਚਾਹੇ ਉਹ ਚੰਗਾ ਬੰਦਾ ਹੈ ਚਾਹੇ ਮਾੜਾ। ਸਿੰਗਰ ਕਦੇ ਵੀ ਕਿਸੇ ਨੂੰ ਨਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਇਮੇਜ ਫਿਰ ਡਾਊਨ ਹੋ ਜਾਂਦੀ ਹੈ। ਬਾਕੀ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ। ਇੱਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ ਬੋਲੀਵੁੱਡ ਤੜਕਾ।